ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਹੀ ਆਨ ਸ਼ਾਨ ਦਾ ਪ੍ਰਤੀਕ ਤਿਉਹਾਰ ਹੋਲਾ ਮੁਹੱਲਾ, ਜੋ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਖਾਲਸਾ ਪੰਥ ਵੱਲੋਂ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਬੜੇ ਚਾਅ ਦੇ ਨਾਲ ਇਹ ਤਿਉਹਾਰ ਨੂੰ ਮਨਾਇਆ ਜਾਂਦਾ, ਔਰ ਸਦੀਆਂ ਤੋਂ ਇਹ ਤਿਉਹਾਰ ਬਹੁਤ ਚੜ੍ਹਦੀ ਕਲਾ ਵਿੱਚ ਇੱਥੇ ਮਨਾਇਆ ਜਾ ਰਿਹਾ। ਔਰ ਜਦ ਤੱਕ ਇਹ ਧਰਤੀ, ਸੂਰਜ, ਚੰਦਰਮਾ, ਅਸਮਾਨ ਮੌਜੂਦ ਹੈ, ਖਾਲਸਾ ਪੰਥ ਉਸੇ ਸ਼ਾਨ ਦੇ ਨਾਲ ਇਸ ਤਿਉਹਾਰ ਨੂੰ ਇਸ ਧਰਤੀ 'ਤੇ ਮਨਾਉਂਦਾ ਰਹੇਗਾ। ਪਰ ਨੋਟਿਸ ਵਿੱਚ ਆਇਆ ਕਿ ਪਿਛਲੇ ਕਈ ਦਿਨਾਂ ਤੋਂ ਕੁਛ ਸ਼ਰਾਰਤੀ ਲੋਕ ਵੱਖ ਵੱਖ ਥਾਵਾਂ 'ਤੇ ਇਹ ਅਫਵਾਹਾਂ ਫੈਲਾਉਂਦੇ ਹੋਏ ਸੁਣੇ ਜਾ ਰਹੇ ਨੇ ਕਿ ਇਸ ਵਾਰ ਅਨੰਦਪੁਰ ਸਾਹਿਬ ਦਾ ਹੋਲਾ ਮੁਹੱਲਾ ਇੱਥੇ ਸੰਗਤ ਦੇ ਵੱਲੋਂ, ਖਾਲਸਾ ਪੰਥ ਵੱਲੋਂ ਨਹੀਂ ਮਨਾਇਆ ਜਾ ਰਿਹਾ। ਮੈਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਬਿਲਕੁਲ ਕਿਸੇ ਦੇ ਬਹਿਕਾਵੇ ਵਿੱਚ ਆਉਣ ਦੀ ਲੋੜ ਨਹੀਂ, ਕਿਸੇ ਦੀ ਗੱਲ ਸੁਣਨ ਦੀ ਲੋੜ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਚੰਗੀ ਪੱਧਰ 'ਤੇ ਤਿਆਰੀਆਂ ਆਰੰਭ ਕੀਤੀਆਂ ਹੋਈਆਂ ਨੇ, ਔਰ ਇਸ ਵਾਰ ਵੀ ਖਾਲਸਾ ਕੌਮ ਦਾ, ਖਾਲਸਾ ਪੰਥ ਦਾ ਇਹ ਕੌਮੀ ਤਿਉਹਾਰ ਹੋਲਾ ਮੁਹੱਲਾ ਬਹੁਤ ਹੀ ਚੜ੍ਹਦੀ ਕਲਾ ਵਿੱਚ ਮਨਾਇਆ ਜਾਣਾ। ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਚੜ੍ਹਦੀ ਕਲਾ ਵਿੱਚ ਲੰਗਰਾਂ ਵਾਲੇ ਲੰਗਰਾਂ ਦੀ ਸੇਵਾ ਕਰਨ, ਔਰ ਜਿਹੜੀਆਂ ਸੰਗਤਾਂ ਨੇ ਹਾਜ਼ਰੀਆਂ ਭਰਨ ਵਾਸਤੇ ਆਉਣਾ, ਜੋ ਵੀ ਜਿੱਥੇ ਜਿੱਥੇ ਸੇਵਾਵਾਂ ਕਰਨੀਆਂ ਨੇ, ਉਹ ਆਪਣੀਆਂ ਸੇਵਾਵਾਂ ਨੂੰ ਆਰੰਭ ਕਰਨ, ਕਿਸੇ ਦੇ ਪਿੱਛੇ ਲੱਗ ਕੇ ਇਸ ਵਾਰ ਦਰਸ਼ਨਾਂ ਤੋਂ ਵਾਂਝੇ ਨਾ ਕਿਤੇ ਰਹਿ ਜਾਣ। ਸਾਰੀਆਂ ਸੰਗਤਾਂ ਵੱਧ ਚੜ੍ਹ ਕੇ ਹੋਲੇ ਮੁਹੱਲੇ ਦੇ ਇਸ ਖਾਲਸੇ ਦੇ ਤਿਉਹਾਰ 'ਤੇ ਅਨੰਦਪੁਰ ਸਾਹਿਬ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਹੀ ਆਨ ਸ਼ਾਨ ਦਾ ਪ੍ਰਤੀਕ ਤਿਉਹਾਰ ਹੋਲਾ ਮੁਹੱਲਾ, ਜੋ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਖਾਲਸਾ ਪੰਥ ਵੱਲੋਂ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਬੜੇ ਚਾਅ ਦੇ ਨਾਲ ਇਹ ਤਿਉਹਾਰ ਨੂੰ ਮਨਾਇਆ ਜਾਂਦਾ, ਔਰ ਸਦੀਆਂ ਤੋਂ ਇਹ ਤਿਉਹਾਰ ਬਹੁਤ ਚੜ੍ਹਦੀ ਕਲਾ ਵਿੱਚ ਇੱਥੇ ਮਨਾਇਆ ਜਾ ਰਿਹਾ। ਔਰ ਜਦ ਤੱਕ ਇਹ ਧਰਤੀ, ਸੂਰਜ, ਚੰਦਰਮਾ, ਅਸਮਾਨ ਮੌਜੂਦ ਹੈ, ਖਾਲਸਾ ਪੰਥ ਉਸੇ ਸ਼ਾਨ ਦੇ ਨਾਲ ਇਸ ਤਿਉਹਾਰ ਨੂੰ ਇਸ ਧਰਤੀ 'ਤੇ ਮਨਾਉਂਦਾ ਰਹੇਗਾ। ਪਰ ਨੋਟਿਸ ਵਿੱਚ ਆਇਆ ਕਿ ਪਿਛਲੇ ਕਈ ਦਿਨਾਂ ਤੋਂ ਕੁਛ ਸ਼ਰਾਰਤੀ ਲੋਕ ਵੱਖ ਵੱਖ ਥਾਵਾਂ 'ਤੇ ਇਹ ਅਫਵਾਹਾਂ ਫੈਲਾਉਂਦੇ ਹੋਏ ਸੁਣੇ ਜਾ ਰਹੇ ਨੇ ਕਿ ਇਸ ਵਾਰ ਅਨੰਦਪੁਰ ਸਾਹਿਬ ਦਾ ਹੋਲਾ ਮੁਹੱਲਾ ਇੱਥੇ ਸੰਗਤ ਦੇ ਵੱਲੋਂ, ਖਾਲਸਾ ਪੰਥ ਵੱਲੋਂ ਨਹੀਂ ਮਨਾਇਆ ਜਾ ਰਿਹਾ। ਮੈਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਬਿਲਕੁਲ ਕਿਸੇ ਦੇ ਬਹਿਕਾਵੇ ਵਿੱਚ ਆਉਣ ਦੀ ਲੋੜ ਨਹੀਂ, ਕਿਸੇ ਦੀ ਗੱਲ ਸੁਣਨ ਦੀ ਲੋੜ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਚੰਗੀ ਪੱਧਰ 'ਤੇ ਤਿਆਰੀਆਂ ਆਰੰਭ ਕੀਤੀਆਂ ਹੋਈਆਂ ਨੇ, ਔਰ ਇਸ ਵਾਰ ਵੀ ਖਾਲਸਾ ਕੌਮ ਦਾ, ਖਾਲਸਾ ਪੰਥ ਦਾ ਇਹ ਕੌਮੀ ਤਿਉਹਾਰ ਹੋਲਾ ਮੁਹੱਲਾ ਬਹੁਤ ਹੀ ਚੜ੍ਹਦੀ ਕਲਾ ਵਿੱਚ ਮਨਾਇਆ ਜਾਣਾ। ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਚੜ੍ਹਦੀ ਕਲਾ ਵਿੱਚ ਲੰਗਰਾਂ ਵਾਲੇ ਲੰਗਰਾਂ ਦੀ ਸੇਵਾ ਕਰਨ, ਔਰ ਜਿਹੜੀਆਂ ਸੰਗਤਾਂ ਨੇ ਹਾਜ਼ਰੀਆਂ ਭਰਨ ਵਾਸਤੇ ਆਉਣਾ, ਜੋ ਵੀ ਜਿੱਥੇ ਜਿੱਥੇ ਸੇਵਾਵਾਂ ਕਰਨੀਆਂ ਨੇ, ਉਹ ਆਪਣੀਆਂ ਸੇਵਾਵਾਂ ਨੂੰ ਆਰੰਭ ਕਰਨ, ਕਿਸੇ ਦੇ ਪਿੱਛੇ ਲੱਗ ਕੇ ਇਸ ਵਾਰ ਦਰਸ਼ਨਾਂ ਤੋਂ ਵਾਂਝੇ ਨਾ ਕਿਤੇ ਰਹਿ ਜਾਣ। ਸਾਰੀਆਂ ਸੰਗਤਾਂ ਵੱਧ ਚੜ੍ਹ ਕੇ ਹੋਲੇ ਮੁਹੱਲੇ ਦੇ ਇਸ ਖਾਲਸੇ ਦੇ ਤਿਉਹਾਰ 'ਤੇ ਅਨੰਦਪੁਰ ਸਾਹਿਬ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।